ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਪਤਾ ਹੀ ਆ ਜਿਹੜੀ ਮਹਾਂਮਾਰੀ ਨਾਲ ਆਪਾਂ ਜੂਝ ਰਹੇ ਹਾਂ, ਕਰੋਨਾ ਵਾਇਰਸ ਦੀ ਬਿਮਾਰੀ ਆ, ਬਹੁਤ ਭੈੜੀ ਬਿਮਾਰੀ ਆ, ਉਹਦੇ ਨਾਲ ਸਾਰਾ ਸੰਸਾਰ ਜੂਝ ਰਿਹਾ। ਉਹਨਾਂ ਦੇ ਮੱਦੇਨਜ਼ਰ ਰੱਖਦੇ ਹੋਏ ਆਪਾਂ ਨੂੰ ਸਾਰਿਆਂ ਨੂੰ ਘਰਾਂ ਦੇ ਵਿੱਚ ਰਹਿਣਾ ਪੈ ਰਿਹਾ, ਕੰਮਕਾਰ ਸਾਰੇ ਬੰਦ ਆ। ਇਸ ਕਰਕੇ ਲੋਕਾਂ ਦੀ ਭਲਾਈ ਦੇ ਵਾਸਤੇ ਰਾਣਾ ਗੁਰਜੀਤ ਸਿੰਘ MLA ਸਾਹਿਬ ਨੇ ਸਾਨੂੰ ਹਦਾਇਤ ਦਿੱਤੀ ਆ ਵੀ ਘਰ ਘਰ ਜਾ ਕੇ ਰਾਸ਼ਨ ਵੰਡੋ। ਅਤੇ ਅਸੀਂ ਸਾਡੇ ਬਾਬਾ ਕਾਹਨਦਾਸ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਜੀ ਬਸਣ, ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਅੱਜ ਸੁਖਾਣੀ ਪਿੰਡ ਜਾ ਕੇ ਘਰ ਘਰ ਜੋ ਵੀ ਹੈ ਰਾਸ਼ਨ ਅਸੀਂ ਵੰਡਣ ਜਾ ਰਹੇ ਹਾਂ। ਸੋ ਵੰਡਣ ਦੀ ਕਿਰਪਾਲਤਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।